ਕ੍ਰਾਂਤੀ ਟੀਵੀ ਦੇ ਜਿਹੜੇ ਪੱਤਰਕਾਰ ਅਤੇ ਉਹਨਾਂ ਦੇ ਸਾਥੀ ਕੈਮਰਾਮੈਨ ਜੀ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕ੍ਰਾਂਤੀ ਟੀਵੀ ਇੱਕ ਉਹ ਚੈਨਲ ਹੈ ਜਿਹੜਾ ਸ਼੍ਰੀ ਗੁਰੂ ਦਾਸ ਮਹਾਰਾਜ ਦੇ ਫੋਲੋਵਰ ਔਰ ਉਹਨਾਂ ਦੀ ਪੂਰੀ ਪੂਰੀ ਜਿਹੜੀ ਹੈ ਸੰਵਿਧਾਨ ਅਤੇ ਬਾਬਾ ਸਾਹਿਬ ਅਤੇ ਕ੍ਰਾਂਤੀ ਟੀਵੀ ਜਿਹੜਾ ਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਸਾਨੂੰ ਉਹਨਾਂ ਦੀਆਂ ਜਿਤਨੀਆਂ ਵੀ ਰਚਨਾਵਾਂ ਉਹਨਾਂ ਬਾਰੇ ਜਾਗਰੂਕ ਕਰਦਾ ਅਤੇ ਅਲੱਗ ਅਲੱਗ ਗਤੀਆਂ ਵਿਧੀਆਂ ਦੇ ਜਦੋਂ ਵੀ ਸਮਾਜ ਦੇ ਉੱਪਰ ਕੋਈ ਅੜਚਣ ਆਉਂਦੀ ਉਸ ਬਾਰੇ ਵੀ ਸਾਨੂੰ ਸੁਚੇਤ ਕਰਦਾ ਅਤੇ ਜਦੋਂ ਵੀ ਸਾਡੀ ਕੋਈ ਐਕਟੀਵਿਟੀ ਜਦੋਂ ਆਪਾਂ ਕੋਈ ਅਚੀਵ ਕਰਨੇ ਆ ਉਦੋਂ ਵੀ ਸਾਨੂੰ ਇਹ ਪ੍ਰਮੋਟ ਕਰਦਾ। ਅੱਜ ਸਾਡੇ ਸ੍ਰੀ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਇੱਕ ਗੁਰੂ ਰਵਿਦਾਸ ਮਹਾਰਾਜ ਦੇ ਅੰਸ਼ ਵਿੱਚੋਂ ਹਨ ਅਤੇ ਸਾਡੇ ਇੱਕੋ ਰਹਿਬਰ ਬਣ ਕੇ ਅੱਗੇ ਸਾਡੇ ਨਾਲ ਚੱਲਣ ਲੱਗੇ ਨੇ, ਸਾਨੂੰ ਉਮੀਦ ਹੈ ਚੰਨੀ ਸਾਹਿਬ ਤੋਂ ਕਿ ਉਹ ਸਾਡੀ ਜਿਹੜੀ ਕੌਮ ਹੈ ਅਤੇ ਸਮੁੱਚੇ ਜਲੰਧਰ ਨੂੰ ਨਾਲ ਲੈ ਕੇ ਚੱਲਣਗੇ ਅਤੇ ਜੋ ਵੀ ਗਰੀਬ ਅਤੇ ਮਜ਼ਲੂਮ ਉਹਨਾਂ ਦਾ ਜੋ ਵੀ ਹੱਕ ਬਣਦਾ ਉਹਨਾਂ ਨੂੰ ਦਿਵਾਉਣਗੇ। ਦੂਸਰਾ ਸਾਨੂੰ ਚੰਨੀ ਸਾਹਿਬ ਤੁਹਾਡੇ ਤੋਂ ਇੱਕ ਬਹੁਤ ਵੱਡੀ ਉਮੀਦ ਹੈ, ਜਿਹੜੀ ਵੈਸਟ ਹਲਕੇ 'ਚ ਜਿੰਨਾ ਨਸ਼ਾ ਅਤੇ ਸੱਟਾ ਜੋ ਕੁਛ ਵੀ ਹੈ ਕ੍ਰਿਤੀਆਂ ਜਿਹੜੀਆਂ ਇਹਨਾਂ ਸਮਾਜ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਰਵਿਦਾਸ ਜੀ ਮਹਾਰਾਜ ਦਾ ਆਸ਼ੀਰਵਾਦ ਪੂਰੀ ਪੂਰੀ ਤਰ੍ਹਾਂ ਹੋਇਆ, ਤੁਸੀਂ ਉਸ ਆਸ਼ੀਰਵਾਦ ਨੂੰ ਇੰਨਾ ਕੁ ਫੈਲਾਓ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਅੱਗੂ 27 ਦੇ ਹੈ ਉਹਨਾਂ ਵਿੱਚ ਆਪਾਂ ਤੁਹਾਨੂੰ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਹਾਂ। ਇਸ ਕਰਕੇ ਮੈਂ ਕ੍ਰਾਂਤੀ ਟੀਵੀ ਦਾ ਆਪਣੇ ਦਫ਼ਤਰ ਵਿੱਚ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਨਾ ਅਤੇ ਬਹੁਤ ਹੀ ਇਹ ਸ਼ਲਾਘਾ ਜਾਂ ਜੋ ਕੰਮ ਕਰਦੇ ਨੇ ਹਮੇਸ਼ਾ ਹੀ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਬਾਰੇ ਸਾਨੂੰ ਜਾਗਰੂਕ ਕਰਦੇ ਰਹਿੰਦੇ ਨੇ ਔਰ ਮੈਂ ਬਹੁਤ ਬਹੁਤ ਇਹਨਾਂ ਸ਼ਬਦਾਂ ਦਾ ਧੰਨਵਾਦ ਕਰਨਾ। ਕਾਂਗਰਸ ਪਾਰਟੀ, ਸਰਦਾਰ ਚਰਨਜੀਤ ਚੰਨੀ, ਸਰਦਾਰ ਚਰਨ ਸਿੰਘ ਚੰਨੀ, ਰਾਹੁਲ ਗਾਂਧੀ, ਸੋਨੀਆ ਗਾਂਧੀ, ਬਹੁਤ ਬਹੁਤ ਧੰਨਵਾਦ ਕ੍ਰਾਂਤੀ ਟੀਵੀ ਦਾ। ਸਾਰੇ ਹੀ ਪੰਜਾਬ ਦੇ ਵਰਕਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਜਿਹੜੇ ਜਿਹੜੇ ਪਾਰਟੀ ਬਦਲੇ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਜਨਤਾ ਨੇ, ਮੈਂ ਜਨਤਾ ਨੂੰ ਬਹੁਤ ਵਧਾਈ ਦਿੰਦਾ ਔਰ ਅਸੀਂ ਅਮਨ ਔਰ ਸ਼ਾਂਤੀ ਦੇ ਨਾਲ ਮੈਂ ਸਾਰੇ ਹੀ ਵਰਕਰਾਂ ਨੂੰ ਔਰ ਜਿੰਨੇ ਵੀ ਮੇਰੇ ਭੈਣ ਭਰਾ ਜਿਹਨਾਂ ਨੇ ਆਪਣਾ ਜ਼ੋਰ ਲਾ ਕੇ ਖੂਨ ਪਸੀਨਾ ਕਰਕੇ ਜਿਹੜੇ ਜਿਹਨਾਂ ਦੇ ਧੋਣ ਦੇ ਵਿੱਚ ਗਾਰਡਰ ਹੀ ਉਹ ਕੱਢ ਕੇ ਉਹ ਮਾਰਿਆ, ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦੀ ਹਾਂ। ਅੱਜ ਰਾਮ ਰਾਜ ਆਇਆ ਜਿਹੜਾ ਕਿ ਅਸੀਂ ਬੜੇ ਦੇਰ ਤੋਂ ਜਿਹਨੂੰ ਵੀ ਕਹਿਣਾ ਵੋਟ ਕਿਹਨੂੰ ਪਾਉਣੀ ਉਹ ਡਰਦੇ ਸੀ, ਲੇਕਿਨ ਅੱਜ ਮੇਰੇ ਵੀਰਾਂ ਨੇ ਇੰਨਾ ਹੌਸਲਾ ਬੁਲੰਦ ਕਰਕੇ ਕੱਲ੍ਹ ਦੱਸ ਦਿੱਤਾ ਵੀ ਜਿਹੜੇ ਜਿਹੜੇ ਲੋਕ ਸੀਟਾਂ ਬਦਲਦੇ ਨੇ, ਸੂਟ ਬਦਲਦੇ ਨੇ, ਹਜ਼ਾਰ ਹਜ਼ਾਰ ਰੁਪਈਆ ਦਿੰਦੇ ਨੇ, ਉਹ ਸਾਰਾ ਬੇਕਾਰ ਗਿਆ। ਮੈਨੂੰ ਬੜੇ ਮਾਣ ਦੇ ਨਾਲ ਗੱਲ ਕਹਿਣੀ ਪੈਂਦੀ ਪਈ ਹੈ ਵੀ ਜੋ ਤੁਸੀਂ ਆਪਣੀ ਏਕਤਾ ਦਿਖਾਈਏ ਕਾਂਗਰਸ ਪਾਰਟੀ ਨੂੰ ਔਰ ਤੁਹਾਡੀ ਹਰ ਟਾਈਮ ਰਿਨਾ ਰਹੇਗੀ, ਜਿਹੜਾ ਵੀ ਤੁਹਾਡਾ ਕੋਈ ਸਮਾਜ ਦਾ ਕੰਮ ਹੋਏਗਾ ਪਹਿਲੇ ਆਧਾਰ 'ਤੇ ਚੰਨੀ ਸਾਹਿਬ ਕਰਨਗੇ, ਤੁਸੀਂ ਚੰਨੀ ਸਾਹਿਬ ਦਾ ਬਹੁਤ ਹੌਸਲਾ ਵਧਾਇਆ। ਜੈ ਹਿੰਦ। ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਕਿ ਇੰਨੀ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਬੜੀ ਵੱਡੀ ਜਿੱਤ 'ਤੇ ਭੇਜਿਆ ਜੀ, ਬਹੁਤ ਬਹੁਤ ਵਧਾਈ ਸਭ ਨੂੰ ਅਤੇ ਕਾਂਗਰਸ ਵਰਕਰ ਦਾ ਜਿਹਨਾਂ ਕਿ ਬਹੁਤ ਮਿਹਨਤ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕਾਂਗਰਸ ਪਾਰਟੀ ਜ਼ਿੰਦਾਬਾਦ। ਬੀਜੇਪੀ ਦੇ ਜਿਹੜੇ ਪ੍ਰਧਾਨ ਪੰਜਾਬ ਪ੍ਰਧਾਨ ਜਾਖੜ ਜੀ ਨੇ ਉਹਨਾਂ ਨੇ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਨੇ ਇੰਨੀ ਗੱਲ ਕਹੀ ਸੀਗੀ ਜਦੋਂ ਪੈਰ ਦੀ ਜੁੱਤੀ ਨੂੰ ਸਿਰ ਤੇ ਬਿਠਾਓਗੇ ਤੇ ਇਹੀ ਹਾਲ ਹੋਊਗਾ। ਅੱਜ ਮੈਂ ਬੀਜੇਪੀ ਦੇ ਪ੍ਰਧਾਨ ਨੂੰ ਤੇ ਬੀਜੇਪੀ ਦੇ ਨੇਤਾਵਾਂ ਨੂੰ ਕਹਿਣਾ ਚਾਹੁੰਦਾ ਕਿ ਦੇਖੋ ਜਲੰਧਰ ਦੇ ਲੋਕਾਂ ਨੇ
ਜਿਨ੍ਹਾਂ ਨੂੰ ਤੁਸੀਂ ਪੈਰ ਦੀ ਜੁੱਤੀ ਕਹਿੰਦੇ ਸੀ ਨਾ, ਅੱਜ ਸਿਰ ਦਾ ਤਾਜ ਬਣਾ ਕੇ ਆਪਣੇ ਸਿਰ 'ਤੇ ਰੱਖ ਲਿਆ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਲੰਧਰ ਦਾ ਇੱਕ ਇੱਕ ਜਿਹੜਾ ਬੰਦਾ ਹੈ, ਇੱਕ ਇੱਕ ਜਿਹੜੇ ਲੋਕ ਨੇ, ਉਹਨਾਂ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਣਗੇ, ਜਲੰਧਰ ਦੇ ਵਿਕਾਸ ਦਾ ਕੰਮ ਕਰਨਗੇ, ਜਲੰਧਰ ਦੀ ਤਰੱਕੀ ਲਈ ਕੰਮ ਕਰਨਗੇ। ਧੰਨਵਾਦ ਤੁਹਾਡਾ ਸਾਰਿਆਂ ਦਾ।